ਸ਼ੋਪਿੰਗ ਕਰਨ ਆਏ ਸੀ ਮਨਪ੍ਰੀਤ ਵਾਸਤੇ ਤੇ ਨੰਨੂ ਦਾ ਸੂਟ ਲੈ ਲਿਆ ਯਾਰ। ਨਿੱਕੇ ਨਿੱਕੇ ਸਾਲੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ। ਤੇ ਪਿਛਲਾ ਵਲੌਗ ਮੈਂ ਦੇਖਿਆ ਤੁਸੀਂ ਇੱਥੇ ਹੀ ਐਂਡ ਕੀਤਾ ਸੀ ਤੇ ਆਪਾਂ ਆਏ ਹੋਏ ਹਾਂ ਲਵਲੀ ਉਹਨਾਂ ਦੇ ਕੋਲ ਤੇ ਹੁਣ ਉਹਦੀ ਸੈਲੀਬ੍ਰੇਸ਼ਨ ਵਗੈਰਾ ਕਰਨੀ ਹੈ ਥੋੜ੍ਹੀ ਬਹੁਤੀ ਤੇ ਪਹਿਲਾਂ ਚੱਲੇ ਆ ਕੱਪੜੇ ਕੁਪੜੇ ਲੈਣ ਵਾਸਤੇ, ਥੋੜ੍ਹੇ ਬਹੁਤੇ ਕੱਪੜੇ ਲੈਣੇ ਸੀਗੇ ਤਾਂ ਕਰਕੇ ਬਾਜ਼ਾਰ ਚੱਲੇ ਆ। ਠੀਕ ਹੈ ਲਵਲੀ ਹੁਣੀ ਤੇ ਮੈਂ ਵੀ ਸ਼ਾਇਦ ਜਾਵਾਂ, ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਸੈਲੀਬ੍ਰੇਸ਼ਨ। ਠੀਕ ਹੈ ਜੀ ਤੇ ਫਿਲਹਾਲ ਮੈਂ ਇੱਥੇ ਘੁੰਮ ਰਿਹਾ ਤੇ ਆਹ ਦੇਖੋ ਤੁਸੀਂ ਖੂਬਸੂਰਤ ਕੁਦਰਤ ਦੀ ਖੂਬਸੂਰਤੀ ਦੇਖ ਲਓ ਤੁਸੀਂ ਇੱਕ ਵਾਰੀ, ਸੋਹਣਾ ਲੱਗਦਾ ਸਾਰਾ ਕੁਛ, ਬਹੁਤ ਜ਼ਿਆਦਾ ਸੋਹਣਾ। ਆਹ ਦੇਖੋ ਇਹ ਹਾਲੇ ਝੜੇ ਪਏ ਨੇ ਪੱਤੇ ਤੇ ਹੁਣ ਬਸ ਨਵੀਂ ਰੁੱਤ ਆਏਗੀ ਬਸੰਤ ਰੁੱਤ, ਉਸ ਤੋਂ ਬਾਅਦ ਇਹ ਫਿਰ ਆ ਜਾਣਗੇ ਹੈ ਨਾ, ਹਾਲੇ ਝੜੇ ਹੋਏ ਨੇ। ਹਾਂ ਦੇਖ ਲਓ ਜਿੱਦ ਕਰਦੀ ਹੈ ਵਾਲਾਂ ਵਾਸਤੇ, ਚੱਲ ਜਿੱਦਾਂ ਕਹਿੰਦੀ ਉੱਦਾਂ ਕਰਦੇ ਮਨਪ੍ਰੀਤ। ਜਿੱਦਾਂ ਕਹਿੰਦੀ ਉੱਦਾਂ ਵਾਲ ਬਣਾ ਦੇ ਯਾਰ, ਹੋਰ ਕੀ ਹੈ ਯਾਰ, ਚੱਲ ਮੇਰੇ ਬੱਚੇ ਨੂੰ ਰਵਾ ਨਾ। ਹਾਂ ਹਾਂ ਉਹ ਮੰਮਾ ਨੂੰ ਪਤਾ ਜਿੱਦਾਂ ਕਹਿੰਦੀ, ਹਾਂ ਜਿੱਦਾਂ ਤੂੰ ਕਹੇਂਗੀ ਉੱਦਾਂ ਕਰੇਗੀ। ਚੱਲ ਅੱਛਾ ਚੱਲ, ਹਾਂ ਚੱਲ ਜਿੱਦਾਂ ਤੂੰ ਕਹੇਂਗਾ ਉੱਦਾਂ ਅੱਗੇ ਤੇ ਉਹ ਫਿਰ ਮੰਮਾ ਕੋਲ ਜਾ ਤੇ ਸਹੀ ਨਾ ਇੱਕ ਵਾਰੀ। ਹਾਂ ਮਨਪ੍ਰੀਤ ਸੁਣ ਲੈ ਮਨਪ੍ਰੀਤ, ਹੈਲੋ ਇੱਥੇ ਗੋਲਾ ਪਾ ਕੇ ਖੁੱਲੇ ਛੱਡ ਦੇ ਪਿੱਛੋਂ, ਸੋਹਣਾ ਲੱਗਦਾ। ਚੱਲ ਕਰਦੇ 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 ਭਰਾਵਾ ਕਰਦੇ ਕਰਦੇ ਕਰਦੇ। ਹਾਂਜੀ ਤੇ ਹੁਣ ਆਪਾਂ ਚੱਲੇ ਆ ਬਾਜ਼ਾਰ ਨੂੰ, ਆਜਾ ਆਜਾ ਕਾਕਾ ਸਾਡਾ, ਦੇਖੋ ਤਿਆਰ ਹੋਇਆ ਫੈਸ਼ਨ। ਲਓ ਜੀ ਅਸੀਂ ਸ਼ੋਪਿੰਗ ਕਰਨ ਆਏ ਸੀ ਮਨਪ੍ਰੀਤ ਵਾਸਤੇ ਤੇ ਨੰਨੂ ਦਾ ਸੂਟ ਲੈ ਲਿਆ ਯਾਰ, ਨੰਨੂ ਦਾ ਪਹਿਲਾਂ ਹੀ ਸੂਟ ਲੈ ਲਿਆ ਹੈ। ਹੁਣ ਮਨਪ੍ਰੀਤ ਦਾ ਸੂਟ ਲੱਭਣ ਚੱਲੇ ਹਾਂ। ਇੱਧਰ ਕਰ ਇਹਨੂੰ ਇੱਧਰ ਕਰ, ਆਹ ਦੇਖ ਲਓ ਮੈਂ ਨੰਨੂ ਦੀ ਸਪੈਸ਼ਲ ਫਰਮਾਇਸ਼ ਤੇ ਵਲੌਗ ਬਣਾ ਰਿਹਾ। ਨੰਨੂ ਕਹਿੰਦੀ ਵਲੌਗ ਤਾਂ ਬਣਾਓ, ਹੋਏ ਹੋਏ ਵਿੱਚ ਫੋਨ ਆ ਗਿਆ ਮੈਨੂੰ ਯਾਰ। ਕਾਕੇ ਬੋਲੋ ਹੁਣ ਵਲੌਗ ਕਰੋ ਫਿਰ। ਆਪਣੇ ਸੂਟ ਲੈਣਾ ਹੈ, ਸੂਟ ਹਾਂ ਸੂਟ ਲੈਣਾ ਹੈ। ਹਾਂਜੀ ਤੇ ਤੂੰ ਕਹ ਮੈਂ ਤਾਂ ਸ਼ੋਪਿੰਗ ਕਰ ਲਈ ਹੋਈ ਹੈ, ਤੁਸੀਂ ਤਾਂ ਬੋਲ ਲਿਆ ਕਰੋ। ਮੈਂ ਤਾਂ ਬੋਲਦਾ ਹੀ ਹਾਂ, ਤੂੰ ਬੋਲ ਨਾ। ਠੀਕ ਹੈ ਤੁਸੀਂ ਬੋਲਾ ਕਿਉਂ, ਮੈਨੂੰ ਕਹਿੰਦੀ ਵਲੌਗ ਬਣਾਓ ਵੀਡੀਓ ਬਣਾਓ ਕਿ। ਸਰ ਠੀਕ ਹੈ, ਮੈਂ ਤਾਂ ਬਣਾ ਹੀ ਰਿਹਾ ਪੁੱਤ, ਤੂੰ ਨਹੀਂ ਬੋਲ, ਤੂੰ ਬੋਲ ਨਾ, ਤੁਸੀਂ ਬੋਲੋ ਵੀ ਕੱਲਾ। ਅੱਛਾ ਅਸੀਂ ਅੱਜ ਸੂਟ ਲੈਣ ਆਏ ਆ ਕਾਕੇ ਦਾ, ਵੱਡੇ ਕਾਕੇ ਦਾ। ਮੈਨੂੰ ਵੀ ਤੁਮੇ ਕੋ ਸੂਟ ਲੈਣ ਆਏ ਵੱਡੇ ਕਾਕੇ ਦਾ। ਆਹ ਵੀ ਕਲਰ ਬਹੁਤ ਨਵਾਂ ਆ ਗਿਆ,
ਮਹਿੰਦੀ ਔਰ ਇੱਕ ਰੰਗ ਬਰੰਗੇ ਸੂਟ। ਕਿਹੜਾ ਸੂਟ ਪਸੰਦ ਆਇਆ ਫਿਰ? ਦੇਖੋ ਤਾਂ ਜੀ ਕਿਹੜਾ ਕਲਰ ਜ਼ਿਆਦਾ ਬੈਟਰ, ਕਿਹੜਾ ਕਲਰ ਵਧੀਆ ਕਹਿੰਦੇ। ਕਦੀ ਨਾਨੀ ਪਿੱਛੇ ਰਹਿ ਜੀ ਇਹਦਾ ਗਲਾ ਪਸੰਦ ਕਰਦੇ ਹੋ, ਗਲਾ ਵੀ ਮਿਲ ਜੂਗਾ ਇੱਕ ਡਿਜ਼ਾਈਨ ਦਾ ਗਲਾ ਵੀ ਚੋਇਸ ਤੋਂ ਮਰਜ਼ੀ ਵਾਲੇ ਹੋ ਜੀ ਹਰ ਜਗ੍ਹਾ ਹਰ ਟਾਈਮ ਕਲਰ ਦੀ ਚੁੰਨੀ ਹੋਰਾਂ ਦੀ ਸਾਰਿਆਂ ਦੀ ਇਹਦੇ ਨਾਲ ਦੀ ਇਹਦੀ ਚੁੰਨੀ ਕੁਛ ਐਕਸਟਰਾ ਲੋ ਜੀ ਪਹੁੰਚ ਗਿਆ ਘਰ। ਚੱਲ ਇਹਨੂੰ ਡੈਕੋਰੇਸ਼ਨ ਚਿਪਕਦਾ? ਅੱਛਾ ਇਹ ਤੇ ਉਹਨਾਂ ਡਬਲ ਟੇਪ ਨਾਲ ਚਿਪਕਣੇ ਨੇ ਇਹ। ਦੇਖੋ ਜੀ ਚੱਲ ਰਹੀ ਡੈਕੋਰੇਸ਼ਨ ਲੱਗੇ ਨੇ ਦੋਨੇ ਭੈਣ ਭਰਾ, ਕਿੱਲਾਂ ਠੋਕਣ ਲੱਗੇ ਹੋਏ ਨੇ। ਉਹ ਅੱਛਾ ਤੂੰ ਵੀ ਸੋਰੀ ਸੋਰੀ ਤੇਰਾ ਨਾਮ ਭੁੱਲ ਗਿਆ ਜੀ। ਉਹ ਇੱਕ ਕਿੱਥੇ ਲਾਤੀ ਹੈ ਤੇ ਇੱਧਰ ਦੇਖੋ ਇੱਕ ਕਿੱਥੇ ਲਾਤੀ ਹੈ। ਇਕੱਠੀਆਂ ਲੈਣੀਆਂ ਸੀ ਯਾਰ, ਸਮਾਨ ਜ਼ਿਆਦਾ ਲਿਆਂਦਾ ਤੇ ਟਾਈਮ ਹੈ ਨਹੀਂ ਲਗਾਉਣ ਦਾ ਅੱਜ। ਹਾਂ ਵੀ ਤਾਂ ਪੋਏ ਆ, ਉਹਨੂੰ ਫੁੱਲਦੇ ਨਹੀਂ ਨਾ ਪਏ ਬਾਬੂ। ਵੀ ਡੈਕੋਰੇਸ਼ਨ ਹੈ ਲਵਲੀ, ਬੜੀ ਗੰਦੀ ਕੀਤੀ ਯਾਰ ਤੁਸੀਂ ਜੀ ਕਰਵਾਈ ਆ ਕੇ, ਐਡੀ ਗੰਦੀ ਡੈਕੋਰੇਸ਼ਨ ਤੁਸੀਂ ਕਰਵਾਈ ਹੈ। ਮੰਨੂ ਗੋਰਾ ਚੱਕੀ ਲਓ ਜੀ, ਠੀਕ ਆ ਗਿਆ ਕੀ ਨਾ
ਲੈ ਲੈ ਬਾਅਦ ਲੈ ਲੇਗਾ ਬਾਅਦ ਵਾਲਾ ਸਾਰੇ ਵੰਡ ਦੇ ਜਵਾਬ ਹਾਂ ਬਾਅਦ ਤੁਹਾਡੇ ਹੀ ਨੇ ਪੁੱਤ ਤੁਸੀਂ ਲੈ ਲਿਓ ਸਾਰੇ ਠੀਕ ਹੈ ਹਾਂ ਮੈਂ ਕਾਲਾ ਲੈ ਲੈ ਓਏ ਹਲੇ ਕਿਸੇ ਨੇ ਜਿਉਣਾ ਨਹੀਂ ਯਾ ਕੁੱਤੇ ਮਾਰਨਾ ਮੈਂ ਹੱਥ ਤੇਰੇ ਵੀ ਮਾਰਨਾ ਕਿਆ ਮਾਮੂ ਤੇਰੇ ਵੀ ਮਾਰਨਾ ਸੀ ਮੈਨੂੰ ਕਿਆ ਮਾਮੂ ਤੇਰੇ ਵੀ ਮਾਰਨਾ ਸੀ ਹਾਂ ਬੋਲ ਤੇਰਾ ਨਾ ਨਾਮ ਕੀ ਹੈ ਕੀ ਨਾਮ ਹੈ ਯਾਰ ਨਾਮ ਤੇ ਦੱਸ ਇਹਦਾ ਨਾਮ ਜਿੰਨਾ ਨਿੱਕਾ ਜਿਹਾ ਹੈਗਾ ਘਸਿਆ ਜਿਹਾ ਹੈਗਾ ਨਾਮ ਵੇਲਾ ਗੁਰਬਖਸ਼ ਸਿੰਘ ਹੈ ਓਏ ਕਿਉਂਕਿ ਟੱਪਦਾ ਹੋਏ ਕਿ ਕਿਵੇਂ ਮਰਦੀ ਇੱਧਰ ਦੇ ਆ ਯਾਰ ਓਏ ਕਾਕੇ ਹਾਂ ਤੇ ਸਹੀ ਯਾਰ ਨਿੱਕੇ ਨਿੱਕੇ ਸਾਰੇ ਨੇ ਹਾਂਜੀ ਤੇ ਹੁਣ ਅਸੀਂ ਨਿਕਲਣ ਲੱਗੇ ਸੀ ਤੇ ਨਿਕਲ ਚੁੱਕੇ ਸੀ ਬਸ ਇੱਕ ਪੰਗਾ ਪੈ ਗਿਆ ਵੀ ਮੈਂ ਆਪਣਾ ਚਾਰਜਰ ਤੇ ਜੈਕਟ ਆਪਣੀ ਮੈਂ ਇੱਥੇ ਘਰੇ ਭੁੱਲ ਗਿਆ ਸੀ ਆਹ ਦੇਖੋ ਹੁਣ ਮਨਪ੍ਰੀਤ ਗਈ ਹੋਈ ਹੈ ਲੈਣ ਵਾਸਤੇ ਤੇ ਅਸੀਂ ਉਹ ਕਾਫੀ ਜ਼ਿਆਦਾ ਅੱਗੇ ਚਲੇ ਗਏ ਸੀ ਤੇ ਦੁਬਾਰਾ ਉੱਥੋਂ ਮੁੜ ਕੇ ਆਏ ਹਾਂ ਹੈਨਾ ਨੈਨੂੰ ਓਏ ਇੰਨਾ ਘੁੰਮ ਕੇ ਆਉਣਾ ਪਿਆ ਹੈਨਾ ਓਏ ਅੱਧਾ ਬੋਲੀ ਦਾ ਗੱਡੀ ਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਕਿੰਨੇ ਪੈਸੇ ਦੇਖੋ ਫੜੀ ਫਿਰਦੀ ਹੈ ਦਿਖਾਈ ਪੈਸੇ ਦਿਖਾਈ ਕਿੰਨੇ ਦਿੱਤੇ ਨੇ ਮੇਰੇ ਬਾਬੂ ਨੂੰ ਠੀਕ ਹੈ ਠੀਕ ਹੈ ਤੇ ਹੁਣ ਅਸੀਂ ਬਸ ਵੀ ਰਸਤੇ ਥੋੜੀ ਦੇਰ ਰੁਕਣਾ ਰੁਕਣਾ ਇਸ ਕਰਕੇ ਕਿਉਂਕਿ ਮਠਿਆਈ ਲੈ ਕੇ ਜਾਣੀ ਸਪੈਸ਼ਲ ਕਾਲੜਾ ਸਵੀਟ ਦੀ ਕਾਲੜਾ ਸਵੀਟ ਦੀ ਮਠਿਆਈ ਜਿਹੜੀ ਹੈ ਬਹੁਤ ਮਸ਼ਹੂਰ ਹੈ ਇੱਥੇ ਮਾਛੀਵਾੜੇ ਦੇ ਵਿੱਚ ਸਭ ਨੂੰ ਪਤਾ ਹੋਣਾ ਇੱਕ ਨੇਲ ਦੀ ਟੂਪ ਵੀ ਗੱਲ ਤੇ ਸੁਣ ਮੇਰੀ ਗੱਲ ਸੁਣ ਕਾਲੜਾ ਸਵੀਟ ਦੀ ਮਠਿਆਈ ਬਹੁਤ ਜ਼ਿਆਦਾ ਮਸ਼ਹੂਰ ਹੈ ਨਨੂੰ ਠੀਕ ਹੈ ਨਾ ਤੇ ਉਹ ਮੰਮੀ ਵਾਸਤੇ ਸਪੈਸ਼ਲ ਲੈ ਕੇ ਜਾਣੀ ਹੈ ਹਾਂ ਮੰਮੀ ਨੇ ਕਿਹਾ ਸੀ ਐ ਭੁੱਲ ਗਏ ਸੀ ਫੇਰ ਦੁਬਾਰਾ ਲੈਣ ਆਏ ਉਹ ਨਾਨੂ ਆ ਗਏ ਕਹਿੰਦੀ ਨਾਨੀ ਨੇ ਦਿੱਤੇ ਨੇ ਨਾਨੀ ਨੇ
ਹਾਂਜੀ ਤੇ ਅਸੀਂ ਦੁਬਾਰਾ ਵਾਪਸ ਆ ਰਹੇ ਹਾਂ, ਠੀਕ ਹੈ। ਦੁਬਾਰਾ ਮਤਲਬ ਅਸੀਂ ਘਰੋਂ ਨਿਕਲੇ ਹਾਂ, ਇੱਕ ਵਾਰੀ ਮਾਈਕ ਇੱਕ ਵਾਰੀ ਆ ਗਏ ਸੀ, ਵੈਸੇ ਚੜੌਤੀਆਂ ਮੁੜ ਕੇ ਗਏ ਹਾਂ, ਤੁਸੀਂ ਦੇਖਿਆ ਹੀ ਹੈ, ਤੁਸੀਂ ਦੱਸਤਾ ਸੀ ਨਾ। ਹਾਂ ਦੱਸਤਾ ਜੀ। ਤੇ ਹੁਣ ਅਸੀਂ ਨਿਕਲੇ ਹਾਂ ਮਾਛੋੜੇ ਰੋਡ ਤੇ, ਠੀਕ ਹੈ ਜੀ, ਤੇ ਜਾ ਰਹੇ ਹਾਂ ਹੁਣ। ਤੇ ਅੱਜ ਨੰਨੇ ਨੇ ਫਿਰ ਖਾਂਸੀ ਲਗਵਾ ਲਈ ਹੈ, ਪੀ ਕੇ ਕੋਲਡ ਡਰਿੰਕ ਤੇ ਨਾਲੇ ਔਰੇਂਜ ਖਾ ਕੇ, ਹੈ ਨਾ ਬੰਦਾ ਬੱਚਾ। ਗੱਡੀ ਏਦਾਂ ਚਲਦੀ ਛੱਡ ਗਏ ਨੇ, ਮੈਨੂੰ ਡਰ ਲੱਗੀ ਜਾਂਦਾ, ਹੈ ਨਾ ਨੰਨੇ। ਗੱਡੀ ਬੰਦ ਕਰਕੇ ਜਾਣੀ ਚਾਹੀਦੀ ਸੀ ਨਾ ਪਾਪਾ ਨੂੰ, ਨੰਨਾ ਪੁੱਛੇ ਹੋਇਆ। ਆਣਗੇ ਕਦੋਂ ਆਣਗੇ, ਬਹੁਤ ਲੇਟ ਕਰਤਾ ਇਹਨਾਂ ਨੇ, 6 ਵੱਜ ਚੁੱਕੇ ਇੱਧਰ, ਹਨੇਰਾ ਐਨ ਮਤਲਬ ਪੈ ਜਾਣਾ ਸਾਨੂੰ ਐਨ। ਆ ਦੇਖੋ ਇੱਧਰ, ਜਲਦੀ ਆ ਜਾਓ ਆ ਜਾਓ ਆ ਜਾਓ, ਕਿੰਨਾ ਟਾਈਮ ਲਗਾਤਾ, ਬਹੁਤ ਟਾਈਮ ਲਗਾਤਾ ਨੰਨੇ ਪਾਪਾ ਨੇ, ਹੈ ਨਾ। ਹਾਂਜੀ ਤੇ ਹੁਣ ਆਪਾਂ ਘਰ ਆ ਚੁੱਕੇ ਹਾਂ, ਤੇ ਇੱਧਰ ਮੰਮੀ ਗੋਭੀ ਆਲੂ ਮਟਰ ਛਿਲਦੇ ਪਏ ਨੇ, ਤੇ ਨੰਨੂ ਸਾਡੀ ਦੇਖੋ ਆਉਂਦੇ ਆ, ਥੋੜ੍ਹੀ ਜਿਹੀ ਬਿਮਾਰ ਹੋ ਗਈ, ਇਹਨੂੰ ਖਾਂਸੀ ਲੱਗ ਗਈ ਹੈ ਥੋੜ੍ਹੀ ਜਿਹੀ, ਤੇ ਸੰਤਰੇ ਖਾ ਲਏ ਸੀ ਇਹਨੇ। ਤੇ ਇੱਧਰ ਆਪਾਂ ਸਮਾਨ ਇਹ ਆਪਾਂ ਨੂੰ ਮਿਲਿਆ ਥੋੜ੍ਹਾ ਜਿਹਾ ਸਮਾਨ, ਆਹ ਦੇਖੋ ਆਹ ਸ਼ਰਟ ਕਿੰਨੀ ਘੈਂਟ, ਠੀਕ ਹੈ, ਆਹ ਵਧੀ ਸ਼ਰਟ। ਤੇ ਆਹ ਦੇਖੋ ਨੰਨੂ ਦਾ ਸੂਟ, ਆਹ ਨਵਾਂ ਸੂਟ ਨੰਨੂ ਦਾ, ਖੋਲੀ ਯਾਰ, ਕਿੰਨੀ ਸੋਹਣੀ ਫਰਾਕ ਹੈ, ਨਵੀਂ ਲੈ ਕੇ ਦਿੱਤੀ ਨੰਨੂ ਦੀ ਨਾਲ ਲੈ ਗਈ, ਨੰਨੇ ਓਏ ਕਿੰਨੀ ਘਾਟ ਲੱਗਦੀ ਯਾਰ, ਕਿੰਨੀ ਸੋਹਣੀ ਲੈ ਕੇ ਦਿੱਤੀ, ਏਂਜਲਸ ਵਾਲੀ ਨੰਨੂ ਹੈ ਬਾਬੇ, ਏਂਜਲਸ ਵਾਲੀ ਏ, ਹੈ ਨਾ ਕਾਕੇ, ਹੈ ਚੋਨੇ ਚੋਨੇ ਉੱਥੇ ਵੀ ਲੁਧਿਆਣੇ ਜਾਂਦਾ ਨਾ ਮਾਲ ਤਾਂ ਕਰਕੇ, ਫਿਰ ਉਹ ਤਾਂ ਕਰਕੇ ਚੱਲ ਹਾਂ। ਚਮਕਾ ਮਾਰਦਾ ਯਾਰ, ਲਾਗੇ ਡਾਰਕ ਰੇ ਹੈ, ਡਾਰਕ ਗਰੇ ਹਾਂਜੀ। ਤੇ ਬਾਕੀ ਇਸ ਵਲੌਗ ਨੂੰ ਆਪਾਂ ਕਰਦੇ ਹਾਂ ਇੱਥੇ ਹੀ ਐਂਡ, ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ, ਨੰਨੂ ਦੀ ਖਾਂਸੀ ਵੀ ਠੀਕ ਹੋ ਜਾਏਗੀ ਜਦ ਤੱਕ।
ਹੈਨਾ ਫਿਰ ਨੰਨੂ ਬਲੌਗ ਬਣਾਏਗਾ ਹੈਨਾ ਇਹਨੂੰ ਇਹ ਹੈਨਾ ਕਾਕੇ ਬੋਲ ਤੇ ਖਾਂਸੀ ਨਹੀਂ ਸਾਹ ਲੈਣ ਦੇ ਰਹੀ ਇਹਨੂੰ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੰਗੀ ਲੱਗੀ ਤੇ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੰਮੀ ਸਤਿ ਸ੍ਰੀ ਅਕਾਲ ਜੀ ਨੰਨੂ ਸਤਿ ਸ੍ਰੀ ਅਕਾਲ ਓ ਯਾਰ ਇਹ ਥੋੜੀ ਨਾਰਾਜ਼ ਚੱਲ ਰਹੀ ਹੈ ਅੱਜ ਕੱਲ ਚਲੋ ਠੀਕ ਸਤਿ ਸ੍ਰੀ ਅਕਾਲ ਜੀ।